ਲਾਸਟ ਕਬਾਲੀ ਉਸ ਤੋਂ ਬਾਅਦ ਮਿੱਤਰ ਭਾਵ ਨਾਲ ਸੀ ਸਾਡੇ ਆਦਤ ਬਾਰੇ ਜੈਕਾਰਾ ਕਹਿੰਦੇ ਸਰਕਾਰ ਨਾਲ ਬੋਲੇ ਸੱਚੇ ਦਰਬਾਰੀ ਮੈਨੂੰ।
ਬੋਲਿੰਗ ਹਾਰਦਿਕ ਬੋਲ ਕਰਿਓ ਸੋ ਬੋਲਦੇ ਸਮੇਂ ਬਹੁਤ ਪ੍ਰਕਾਰ ਦੀਆਂ ਤੁਰਨਾ ਨੇ ਸਰ ਸੋ ਬੱਚਾ ਸਮਝ ਕੇ ਬਾਤ ਕਰਿਓ ਸਚਕਾਰਾ ਗਿਆਨ ਵੀ ਸਰਦਾਰ ਦਾ ਬੋਲੀ ਸੱਚ ਦਰਬਾਰ ਕੀ ਸੱਚ ਦਰਬਾਰ ਕੀ ਸੋ ਲੋ ਜੀ ਹਾਜ਼ਰ ਸਾਡੇ ਪਿੱਤਰ ਸਾਹਿਬ ਆਪਾਂ ਨੂੰ ਵੀ
Come on.
ਪਿਤਾ ਦੇ ਨਾਲ ਜੇ ਨਹੀਂ ਕੁਝ ਬੋਲ ਕੇ ਕਹਿ ਸਕਦੇ ਫਿਰ ਵੀ ਇਹਨਾਂ ਦੀਆਂ ਝੋਲੀਆਂ ਭਰੋ ਮੇਰੇ ਮਾਲਿਕ ਆਹ
ਸਾਰੀ ਸੰਗਤ ਵੱਲੋਂ ਮੇਰੀਆਂ ਭੈਣਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ। ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ।
ਮੈਂ ਕਿਸੇ ਨੂੰ ਦਿਲ ਦੀ ਸਫਾਈ ਆ, ਹੋਰ ਉੱਥੇ ਕੁਛ ਨਹੀਂ ਚੱਲਦਾ। ਨਾ ਉੱਥੇ ਨੀ ਪੂਜਾ ਪਾਠ ਕਰਦੀ, ਨਾ ਉੱਥੇ ਨਾ ਸਿਮਰਨ ਚੱਲਦਾ ਹੈ। ਜਦ ਦਿਲ ਦੀ ਸਫਾਈ ਹੋ ਜਾਂਦੀ ਹੈ ਨਾ, ਜਦੋਂ ਮਤਲਬ ਕਹਿੰਦਾ ਮੇਰੀ ਬੇਟੀ ਹੈ ਤੇ ਮੇਰੀ ਧੀ ਹੈ, ਮੇਰੀ ਭੈਣ ਹੈ, ਜਿਹੜੇ ਦਿਲ ਦੀ ਸਫਾਈ ਕਰਦੇ ਮਾਤਾ ਕਰਕੇ ਉੱਥੇ ਬੈਠਾ ਹੈ ਜੀ। ਕਿੱਥੇ ਬੈਠਾ ਅੱਗੇ ਜੀ? ਭੈਣ ਜੀ ਘੁੱਟ ਘੁੱਟ ਕੇ ਨੀ ਮੈਨੂੰ ਜਵਾਬ ਦੇਣਾ ਤੇ ਅੱਗੇ ਤੱਕ ਨਹੀਂ ਲੱਗੇ। ਹਾਂਜੀ ਭੈਣ ਜੀ, ਤੁਹਾਨੂੰ ਵੀ ਬੇਨਤੀ ਕਰ ਰਿਹਾ ਮੈਂ, ਗੱਲ ਦਿਲ ਦੇ ਸਫਾਈ ਦੀ ਹੈ। ਕਰਦੇ ਦਿਲ ਦੀ ਸਫਾਈ, ਜੇ ਦੀਦਾਰ ਚਾਹੀਦਾ ਤੂੰ ਜਹਾਨ ਤੋਂ ਵੀ ਲੈਣਾ, ਤੈਨੂੰ ਯਾਰ ਚਾਹੀਦਾ। ਕਰਦਾ ਦਿਲ ਦੀ ਸਫਾਈ, ਜੇ ਦੀਦਾਰ ਚਾਹੀਦਾ। ਚਾਰ ਵਾਰੀ ਮਾਲਕ ਆਏ ਨੇ, ਚਾਰ ਵਾਰੀ ਇਹ ਸ਼ਖਸ ਕੋਲ ਹਜ਼ੂਰ, ਉਹਨਾਂ ਨੇ ਇੱਕੋ ਬਦਲਣਾ, ਕਹਿੰਦੇ ਤੇਰੇ ਕੋਲ ਹੀ ਰਹਿਣਾ ਸੀ ਇੱਕ ਦਿਨ, ਕਿੱਥੇ ਨਹੀਂ ਜਾਣਾ। ਦੁਨੀਆ ਮੈਨੂੰ ਲੱਭ ਰਹੀ, ਮੈਂ ਤੈਨੂੰ ਲੱਭ ਰਿਹਾ, ਫਿਰ ਮੈਨੂੰ ਭਾਂਡਾ ਸਾਫ਼ ਕਰਕੇ ਰੱਖਣਾ ਪੈ ਰਿਹਾ ਹੈ, ਭਾਂਡੇ ਵਿੱਚ ਮੈਲ ਨਾ ਰਹਿ ਜੇ। ਦਿਲ ਦੀ ਸਫਾਈ ਕਰੋ, ਮਾਲਕ ਆਪਣੇ ਕੋਲ ਹੈ ਜੀ। ਨਹੀਂ ਬੋਲਦਾ ਤੋਤਾ ਤੇਰੇ ਕੋਲ ਆਏ ਤੇਰਾ ਤੇਰੇ
Thank you.
ਕਿਸੇ ਨੇ
ਉੱਤੇ ਜਾਵਾਂ ਇਹਨਾਂ ਉੱਚਿਆਂ ਤੋਂ ਮੈਂ ਸੱਜੇ ਜਾਵਾਂ ਇਹਨਾਂ ਆਹ
Thank you.
Thank you.
ਜਦਾ ਦੇ ਦਿੱਤੀ ਇਹ ਲੱਗ